ਆ ਵੇਖੋ ਕਿਵੇਂ ਪਾਣੀ ਚ ਡੁੱਬੀਆਂ ਗੱਡੀਆਂ। ਤਾਂ ਦੱਸ ਦਈਏ ਕਿ ਪਾਣੀ ਇੰਨਾ ਸੀ ਕਿ ਇੱਕ ਗੱਡੀ ਦੀ ਤਾਂ ਛੱਤ ਤੱਕ ਲੱਗ ਗਿਆ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਰਸਤੇ ਦੇ ਵਿੱਚ ਇਹ ਗੱਡੀ ਪਲਟ ਜਾਂਦੀ ਹੈ, ਤਾਂ ਇੱਕ ਸਕੂਲ ਬੱਸ ਸੀ ਉਹ ਵੀ ਪਾਣੀ ਦੇ ਵਿੱਚ ਰੁਕ ਜਾਂਦੀ ਹੈ। ਤਾਂ ਵੇਖ ਸਕਦੇ ਹੋ ਕਿਵੇਂ ਇੱਥੇ ਮੀਂਹ ਨੇ ਤਬਾਹੀ ਮਚਾਈ ਹੈ, ਜਿਸ ਕਾਰਨ ਲੋਕਾਂ ਦਾ ਆਉਣਾ ਜਾਣਾ ਵੀ ਔਖਾ ਹੋ ਗਿਆ। ਤਾਂ ਇਹ ਤਸਵੀਰਾਂ ਗੁਜਰਾਤ ਦੇ ਵਡੋਦਰਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਭਾਰੀ ਮੀਂਹ ਤੋਂ ਬਾਅਦ ਤਬਾਹੀ ਲਗਾਤਾਰ ਜਾਰੀ ਹੈ। ਤਾਂ ਸੜਕਾਂ 'ਤੇ ਇੰਨਾ ਪਾਣੀ ਖੜ ਗਿਆ ਕਿ ਉਹ ਦਰਿਆ ਲੱਗਣ ਲੱਗਦਾ ਹੈ। ਤਾਂ ਸੜਕਾਂ 'ਤੇ ਜਾ ਰਹੀਆਂ ਗੱਡੀਆਂ ਪਾਣੀ ਦੇ ਵਿੱਚ ਡੁੱਬ ਜਾਂਦੀਆਂ ਨੇ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਇਹ ਗੱਡੀਆਂ ਪਾਣੀ ਦੇ ਵਿੱਚ ਡੁੱਬਦੀਆਂ ਵਿਖ ਰਹੀਆਂ ਨੇ। ਤਾਂ ਪਾਣੀ ਇੰਨਾ ਸੀ ਕਿ ਇੱਕ ਗੱਡੀ ਦੀ ਤਾਂ ਛੱਤ ਤੱਕ ਲੱਗਿਆ ਹੋਇਆ ਸੀ, ਜਿਸ ਕਰਕੇ ਲੋਕਾਂ ਦਾ ਆਉਣਾ ਜਾਣਾ ਵੀ ਔਖਾ ਹੋਇਆ ਪਿਆ। ਤਾਂ ਵੇਖ ਸਕਦੇ ਹੋ ਕਿ ਸੜਕ ਦੇ ਉੱਤੇ ਇੱਕ ਸਕੂਲ ਵੈਨ ਜਾ ਰਹੀ ਸੀ, ਉਹ ਵੀ ਸੜਕ ਦੇ ਵਿਚਕਾਰ ਹੀ ਬੰਦ ਹੋ ਜਾਂਦੀ ਹੈ ਕਿਉਂਕਿ ਪਾਣੀ ਇੰਨਾ ਜ਼ਿਆਦਾ ਸੀ। ਤਾਂ ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। અમે પેલા ભરવાડ ખસી ગયેલા, કે તમે ઉભા રહો, અમને કોઈ લેવા ના આવે, એટલે અમારી બસ ને ખુદ કોઈ લેવા ના આવે તારે, હવે આટલા પાણી બસ રે ચાલુ સુરક્ષિત રહો, કામકાજ વગર કોઈ બહાર ઇન્ટરવ્યુ નહી। જશે કોઈ બહાર ઇન્ટરવ્યુ નહી। ઘરમાં રહો, સુરક્ષિત રહો।